ਹੈਪੀ ਲੋਹੜੀ 2024। ਬਹੁਤ ਸੋਹਣਾ ਜੀ, ਬਹੁਤ ਸੋਹਣਾ। ਅਗਲਾ ਭਾਜੀ ਆਹ ਗੁੱਡਾ ਬੜਾ ਬਹੁਤ ਘੈਂਟ ਜੀ, ਲੈਜੈਂਡ ਨੈਵਰ ਡਾਏ। ਸਹੀ ਗੱਲ ਆ ਭਾਜੀ, ਲੂਡੋ ਆ ਗਿਆ ਜੀ ਗਾਇਸ। ਡਿਜ਼ਾਈਨਿੰਗ ਚੈੱਕ ਕਰੋ ਯਾਰ, ਲਾਜਵਾਬ, ਮਜ਼ਾ ਆ ਗਿਆ। ਆਹ ਹਾਂ, ਬਲੈਕ ਵਾਲਾ ਭਾਈ ਐਂਡ ਜੀ, ਬੱਲੇ ਬੱਲੇ ਬੱਲੇ, ਗੁੱਡੇ ਹੀ ਬਣੇ ਵਿੱਚ, ਗੁੱਡੇ ਦੇ ਵਿੱਚ 6-6 ਗੁੱਡੇ। ਪਾਕਿਸਤਾਨੀ ਗੁੱਡੀ ਆ ਜੀ, ਆ ਗਈ ਹੈ ਪਾਕਿਸਤਾਨੀ ਫਰਮਾਂ ਦੇ ਨਾਲ। ਤੇ ਡਿਜ਼ਾਈਨਿੰਗ ਚੈੱਕ ਕਰੋ, ਗੁੱਡੇ ਦੇ ਵਿੱਚ ਪਤੰਗ ਵੇਖੋ ਕਿੰਨੀ ਵੱਡੀ ਬਣੀ ਹੈ, ਬੱਲੇ ਨਾਈਸ ਭਾਈ। ਆਹ ਵਿਖਾਓ ਜੋਕਰ, ਬਾਈ ਨਾਲ ਪੇਚੇ ਲੱਗਣ ਦੇ ਇਹਨਾਂ ਦੇ ਆਪਣੇ। ਹੈਲੋ ਗਾਇਸ, ਵੈਲਕਮ ਬੈਕ ਟੂ ਮਾਈ ਚੈਨਲ ਪ੍ਰਿੰਸ ਵਲੌਗਸ। ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋ ਗਏ। ਤੇ ਅੱਜ ਆਪਾਂ ਆਏ ਹਾਂ ਰਿੰਕਲ ਕਾਈਟ ਸਟੋਰ ਤੇ, ਨਾਲ ਹੈਗੇ ਸਾਡੇ ਭਾਜੀ। ਹੋਰ ਸਰ ਕੀ ਹਾਲ ਚਾਲ? ਬਹੁਤ ਵਧੀਆ, ਠੀਕ ਹੈ। ਤੇ ਅੱਜ ਆਪਣੇ ਆਪਣੀ ਪਹਿਲਾਂ ਆਪਾਂ ਦੱਸੀਏ ਆਪਣੀ ਸ਼ੋਪ ਕਿੱਥੇ ਪੈਂਦੀ ਹੈ ਭਾਈ? ਸੁਲਤਾਨ ਰੋਡ ਦੇ ਅੰਦਰ ਸੀ, ਉਧਮ ਸਿੰਘ ਨਗਰ ਬਾਜ਼ਾਰ ਨੰਬਰ 5 ਦੇ ਅੰਦਰ। ਤੇ ਕੰਟੈਕਟ ਨੰਬਰ ਵੀ ਦੱਸ ਦਈਏ, 9663370051। ਤੇ ਅੱਜ ਅਸੀਂ ਆਪਣੇ ਵਿਊਅਰਸ ਨੂੰ ਕੀ ਵੈਰਾਈਟੀ ਦਿਖਾਉਣ ਲੱਗੇ, ਸਪੈਸ਼ਲ ਵੈਰਾਈਟੀ? ਸਪੈਸ਼ਲ ਭਾਈ ਆਪਣੇ ਕਾਰੀਗਰ ਦੁਆਰਾ ਬਣੀ ਹੋਈ ਅੱਧੀ ਦੀ ਗੁੱਡੀ, ਪੌਣੀ ਦੀ ਗੁੱਡੀ, ਤਾਵੀ ਦੀ ਗੁੱਡੀ ਤੁਹਾਡੇ ਸਾਹਮਣੇ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ। ਉਸ ਤੋਂ ਬਾਅਦ 6 ਤਾਵੇ ਦੇ ਕੰਟੈਂਟ ਤੁਹਾਡੇ ਅਸੀਂ ਰੱਖੇ ਸਾਰਾ ਸਾਰਾ। ਭਾਈ ਨੇ ਕੰਟੈਂਟ ਬਹੁਤ ਵਧੀਆ ਬਣਾ ਕੇ ਰੱਖਿਆ ਤੁਹਾਡੇ ਸਾਰਿਆਂ ਵਾਸਤੇ। ਉਹ ਵੇਖਣ ਲਈ ਵੀਡੀਓ ਨੂੰ ਕਰੋ ਲਾਈਕ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ। ਤੇ ਭਾਜੀ ਆਪਣੇ ਕੋਲ ਪੇਂਟ ਵਾਲੀ ਗੁੱਡੀ ਵੀ ਹੋਏਗੀ? ਪੇਂਟ ਵਾਲੀ ਗੁੱਡੀ ਹਾਂਜੀ, ਗੰਨੂ ਦੇ ਗੁੱਡੇ ਮਿਲ ਜਾਣਗੇ ਸਾਨੂੰ। ਅੱਛਾ ਅੱਛਾ, ਉਹਦੇ ਵਿੱਚ 2 ਤਾਵੇ ਡਰੈਗਨ ਤੁਹਾਨੂੰ ਦੇ ਦਾਂਗੇ। ਅੱਛਾ, ਤੇ ਸਬਸਿਡੀ ਦੇ ਗੁੱਡੇ ਤੁਹਾਨੂੰ ਮਿਲਣਗੇ, 5-6 ਡਿਜ਼ਾਈਨ ਤੁਹਾਨੂੰ ਦੇ ਦਾਂਗੇ ਉਹਦੇ ਵਿੱਚ। ਕਹਿੰਦੇ ਵੀਡੀਓ ਆਪਾਂ ਕਰੀਏ ਸ਼ੁਰੂ? ਹਾਂਜੀ ਕਰਦੇ ਹਾਂ। ਚਲੋ ਜੀ ਆਓ ਆਪਾਂ ਤੁਹਾਨੂੰ ਹੁਣ ਡਿਜ਼ਾਈਨ ਵਿਖਾਉਂਦੇ ਹਾਂ, ਵਧੀਆ ਵਧੀਆ ਜੇ, ਠੀਕ ਹੈ। ਵੀਡੀਓ ਤੇ ਬਣੇ ਰਹੋ, ਵੀਡੀਓ ਨੂੰ ਕਰੋ ਲਾਈਕ, ਚੈਨਲ ਨੂੰ ਕਰੋ ਸਬਸਕ੍ਰਾਈਬ। ਚਲੋ ਭਾਈ ਹੁਣ ਆਪਾਂ ਕਿੱਥੋਂ ਸ਼ੁਰੂ ਕਰਨ ਲੱਗੇ ਆ? ਸਭ ਤੋਂ ਪਹਿਲਾਂ ਤੁਹਾਨੂੰ ਛੋਟੀ ਗੁੱਡੀ ਆਪਣੇ ਕਾਰੀਗਰ ਦੁਆਰਾ ਤਿਆਰ ਕੀਤੀ ਗਈ। ਆਪ ਤਿਆਰ ਕਰਾਈਆਂ ਜੀ? ਤਿਆਰ ਕਰਾਈ ਭਾਜੀ, ਛਿੱਲੀ ਕਮਾਨ, ਗੱਜ ਵੀ ਛੇਕ ਕੇ ਲੱਗਾ ਆ। ਆਹ ਗੁੱਡੀ ਉੱਡੇਗੀ? ਉੱਡੇਗੀ ਜੀ, ਬਿਲਕੁਲ ਉੱਡੇਗੀ। ਕਿੰਨੀ ਛੋਟੀ ਗੁੱਡੀ ਗਾਇਸ, ਚੈੱਕ ਕਰੋ, ਡਿਜ਼ਾਈਨ ਚੈੱਕ ਕਰ ਲਓ। ਵਰਲਡ ਸਮਾਲੈਸਟ ਕਾਈਟ, ਸਭ ਤੋਂ ਛੋਟੀ ਗੁੱਡੀ, ਕੀ ਬਾਤ ਹੈ। ਡਿਜ਼ਾਈਨ ਚੈੱਕ ਕਰੋ ਸਾਰੇ ਭਾਈ, ਪਾਕਿਸਤਾਨੀ ਫਰਮਾ ਵੀ ਤੁਸੀਂ ਪਾਕਿਸਤਾਨੀ ਲਵਾਈਆਂ ਇੱਥੇ, ਹੈ ਇੱਦਾਂ ਹੀ ਆ ਜੀ। ਕੀ ਬਾਤ ਹੈ, ਡਿਜ਼ਾਈਨਿੰਗ ਚੈੱਕ ਕਰੋ, ਡਿਜ਼ਾਈਨਿੰਗ ਛੋਟੀ ਗੁੱਡੀਆਂ ਦੇ, ਬੱਲੇ ਬੱਲੇ ਬੱਲੇ, ਕੀ ਬਾਤ ਹੈ। ਹੋਰ ਦੇਖੋ ਭਾਈ, ਹੋਰ ਭਾਈ ਕੈਂਡੇ ਤੇ ਥੋੜੀ ਕੁ ਇਹ ਤੋਂ ਵੱਡੀ ਗੁੱਡੀ ਵੀ ਵੇਖੀ ਮੈਂ, ਛੋਟੀ ਜੀ। ਲਓ ਜੀ, ਛੋਟਾ ਅੱਖੜ ਆ ਗਿਆ, ਐਂਗਰੀ ਐਂਗਰੀ ਵਾਲਾ ਨਾ, ਬਹੁਤ ਪਿਆਰਾ। ਅਗਲਾ ਆਪਾਂ ਕੀ ਵਿਖਾਉਣ ਲੱਗੇ? ਮਝੋਲੇ ਤੋਂ ਸ਼ੁਰੂ ਕਰਾਂਗੇ ਭਾਜੀ। ਮਝੋਲਾ ਵਿਖਾਉਣ ਲੱਗੇ ਆ? ਚਲੋ ਮਝੋਲਾ ਵਿਖਾਉਂਦੇ ਆ। ਮਝੋਲਾ ਤਾਜ ਦਾ ਦੇਵਾਂਗੇ ਤੁਹਾਨੂੰ ਸਭ। ਆਹ ਦੇਖੋ ਜੀ ਗਾਇਸ, ਸਟੈਂਪ ਵੀ ਲੱਗੀ ਹੈ, ਤਾਜ ਦਾ ਮਝੋਲਾ ਹੈਗਾ। ਡਿਜ਼ਾਈਨ ਮਿਲਣਗੇ? ਡਿਜ਼ਾਈਨ ਇਹ ਚ ਵੀ ਮਿਲ ਜਾਣਗੇ, ਕਈ ਸਾਡੇ ਕਸਟਮਰ ਦੀ ਡਿਮਾਂਡ ਹੁੰਦੀ ਆ ਰੰਗ ਰੰਗ ਔਰ ਗੁੱਡੀ ਪਲੇਨ ਲਾਣੀ ਆ। ਅੱਛਾ, ਪਲੇਨ ਦੇ ਵਿੱਚ ਵੀ ਤੁਹਾਨੂੰ 7-8 ਕਲਰ ਦੇਵਾਂਗੇ ਭਾਜੀ। ਓਕੇ, ਰੇਟ ਕੀ ਹੋਣ ਵਾਲਾ? ਰੇਟ 60 ਰੁਪਏ ਦਰਜਨ ਭਾਜੀ। 60 ਰੁਪਏ ਦਰਜਨ, ਕੀ ਬਾਤ। ਇਹਦੇ ਵਿੱਚ ਭਾਜੀ ਤਾਜ ਦਾ ਅੱਧਾ। ਅੱਛਾ ਹਾਂਜੀ, ਇਹਦੇ ਵਿੱਚ ਵੀ ਤੁਹਾਨੂੰ ਕਲਰ ਦੇਵਾਂਗੇ ਔਰ ਸਪੈਸ਼ਲੀ ਇਹਦੇ ਵਿੱਚ ਕੋਈ ਕਸਟਮਰ ਸਾਨੂੰ ਕਹੇ 200 ਗੁੱਡੀ ਬਲੈਕ ਲੈਣੀ ਹੈ, ਓਕੇ 200 ਦੀ 200 ਬਲੈਕ ਦੇਵਾਂਗੇ। ਕੀ ਬਾਤ ਹੈ, ਰੇਟ ਕੀ ਹੋਣ ਵਾਲਾ ਇਹਦਾ ਵੀ? 90 ਰੁਪਏ ਦਰਜਨ ਭਾਈ, 750 ਰੁਪਏ ਸਰ। 90 ਰੁਪਏ ਦਰਜਨ ਆ ਵੀ ਤਾਜ ਦੀ? ਤਾਜ ਦੀ। ਇਸ ਤੋਂ ਬਾਅਦ ਅੱਧੀ ਦੇ ਵਿੱਚ ਹੀ 750 ਰੁਪਏ, 100 ਦੇ ਵਿੱਚ ਭਾਈ ਡਿਜ਼ਾਈਨ ਤੁਹਾਨੂੰ ਦੇਵਾਂਗੇ। ਓਕੇ, ਡਿਜ਼ਾਈਨ ਦੇਖੋ, ਲਓ ਇਹ ਡਿਜ਼ਾਈਨ ਦੇਖੋ ਗਾਇਸ, ਆ ਕਲਰ ਚਾਰਟ ਆਇਆ ਨਾ ਭਾਈ ਕੋ, ਵੀ ਤੁਹਾਨੂੰ ਪਲੇਨ ਦੀ ਬਲੈਕ ਤਾਂ ਦੇਵਾਂਗੇ। ਇਹਦਾ ਕੀ ਰੇਟ? ਇਹ ਵੀ 90 ਰੁਪਏ ਦਰਜਨ। 90 ਰੁਪਏ ਦਰਜਨ, ਠੀਕ ਹੈ ਜੀ। ਹੋਰ ਬਾਅਦ ਆਪਣੀ ਭਾਈ ਸਪੈਸ਼ਲੀ ਆਈਟਮ ਤਿਆਰ ਕਰਾਈ ਗਈ ਹੈ ਕਾਰੀਗਰ ਕੋਲ, ਛਿੱਲੀ ਕਮਾਨ ਦੀ ਗੁੱਡੀ ਆ। ਅੱਛਾ, ਡੱਬੀ ਗਈ ਗੁੱਡੀ, ਠੀਕ ਹੈ। ਹਲੇ ਬਹੁਤ ਜ਼ਿਆਦਾ ਕਲਰ ਕੰਬੀਨੇਸ਼ਨ, ਕਲਰ ਰੰਗ ਰੰਗ ਚਾਟ ਮਿਲੇਗਾ ਇਹਦੇ ਚ? ਬਿਲਕੁਲ ਬਿਲਕੁਲ, ਦੇਖੋ ਭਾਜੀ ਕਲਰ ਕੰਬੀਨੇਸ਼ਨ ਦੇਖੋ ਤੁਸੀਂ ਆਪ ਹੀ। ਓਕੇ ਭਾਈ ਕੋ ਸਾਰੇ ਕਲਰ ਹੈਗੇ ਆ, ਚਿੱਟਾ, ਪਿੰਕ, ਲਾਲ, ਕਾਲਾ, ਆ ਦੇਖੋ ਪੀਲਾ, ਨੀਲਾ, ਸਾਰੇ ਕਲਰਸ ਹੈਗੇ ਆ, ਸਾਰੇ ਅਵੇਲੇਬਲ ਨੇ, ਹਰਾ। ਓਕੇ, ਇਹਦੇ ਵਿੱਚ ਭਾਈ
ਸਪੈਸ਼ਲੀ ਕਾਰੀਗਰ ਨੂੰ ਕਿਹਾ ਕਿ ਮੈਂ ਨਾ ਡੱਬੀ ਉੱਤੇ ਲਵਾਈ ਸੀ। ਅੱਛਾ, ਆ ਮੇਰੀ ਖੁਦ ਦੀ ਡਿਮਾਂਡ ਤੇ। ਦੇਖੋ ਤਾਂ ਇਹ ਸੋਹਣੀ ਲੱਗਣ ਦੀ ਹੈ, ਕੀ ਵਧੀਆ ਲੱਗਣ ਦੀ ਹੈ। ਇਹ ਜਿਹੜੇ ਵੀ ਜਿਸ ਕਸਟਮਰ ਨੇ ਵੀ ਫੜਿਆ ਉਹ ਲੈ ਕੇ ਜਾ ਰਹੇ ਬਾਰ-ਬਾਰ। ਓਕੇ, ਇਹਦਾ ਕੀ ਰੇਟ ਹੋਣ ਵਾਲਾ ਭਾਈ? ਇਹਦਾ 110 ਰੁਪਏ ਦਰਜਨ। 110 ਰੁਪਏ ਦਰਜਨ। ਫਿਰ ਉਸ ਤੋਂ ਬਾਅਦ ਅੱਧੀ ਦੇ ਵਿੱਚ ਭਾਈ ਸਾਡੇ ਕੋਲ ਸੋਨੂ ਪੀਜਨ ਆ ਜਾਏਗਾ। ਓਕੇ, ਸੋਨੂ ਪੀਜਨ ਦੀ ਗੁੱਡੀ ਆ ਗਈ ਜੀ, ਲੱਗੀ ਦੇਖ ਲਓ ਭਾਈ। ਇੱਕ ਮਿੰਟ ਭਾਈ, ਬਲਿਊ ਹੈਗੀ ਆ, ਦੇਖੀ ਦੇਖੀ ਸਟੈਂਪ ਆ ਗਈ। ਹਾਂ ਬਿਲਕੁਲ ਸਹੀ ਗੱਲ ਹੈ। ਇਹ ਚ ਵੀ ਡਿਜ਼ਾਈਨ ਤੁਹਾਨੂੰ 8-10 ਡਿਜ਼ਾਈਨ ਦੇਵਾਂਗੇ ਭਾਈ। ਓਕੇ, ਕੀ ਰੇਟ ਹੋਣ ਵਾਲਾ ਇਹਨਾਂ ਦਾ? ਕਲਰ ਵੀ ਮਿਲ ਜਾਣਗੇ ਜੀ ਗਾਇਜ਼, ਤੇ ਡਿਜ਼ਾਈਨ ਵੀ ਮਿਲ ਜਾਣਗੇ। ਦੇਖੋ ਓਕੇ, ਡਿਜ਼ਾਈਨਾਂ ਦੀ ਭਾਈ ਕੋਈ ਕਮੀ ਨਹੀਂ ਹੈ। ਹਲੇ ਤੁਹਾਨੂੰ ਹੋਰ ਵਰਾਇਟੀ ਵਿਖਾਉਣੇ, ਬਹੁਤ ਵਰਾਇਟੀ ਭਾਈ ਕੋ, ਅਨਲਿਮਿਟਿਡ। ਚਲੀਏ ਭਾਈ ਅੰਦਰ। ਹਾਂਜੀ ਹਾਂਜੀ ਭਾਈ, ਹੁਣ ਕੀ ਦਿਖਾਉਣ ਲੱਗੇ? ਇਸ ਤੋਂ ਅੱਗੇ ਭਾਜੀ ਪੌਣੀ ਸ਼ੁਰੂ ਹੋਈ ਦੀ 120 ਰੁਪਏ ਦਰਜਨ ਤੋਂ। ਲਓ ਜੀ ਗਾਇਜ਼, ਪੌਣੀ ਦੀ ਗੁੱਡੀ ਆ ਗਈ 120 ਰੁਪਏ ਦਰਜਨ। ਡਿਜ਼ਾਈਨ ਤੁਹਾਨੂੰ ਇਹਦੇ ਵਿੱਚ ਵੀ ਤੁਹਾਨੂੰ 810 ਡਿਜ਼ਾਈਨ ਦੇਣਾ ਭਾਜੀ। ਡਿਜ਼ਾਈਨ ਦੇਖੋ, ਰੰਗ ਮੇ ਰੰਗ ਰੰਗ ਚਾਰ ਦੇਖੋ, ਡਿਜ਼ਾਈਨ ਦੇਖੋ, ਸਾਰਾ ਕੁਝ ਮਿਲੇਗਾ ਭਾਈ ਕੋ। ਇਸ ਤੋਂ ਅੱਗੇ ਭਾਜੀ 140 ਰੁਪਏ ਦਰਜਨ ਪੌਣੀ। 140 ਰੁਪਏ ਦਰਜਨ ਆ ਗਈ ਜੀ ਪੌਣੀ। ਅੱਛਾ, ਹੋਰ ਇਹਦੇ ਵਿੱਚ ਪਲੇਨ ਮਿਲ ਜਾਣਗੇ ਕਲਰ। ਓਕੇ, ਪਲੇਨ ਗੁੱਡੀ ਆ ਗਈ। ਕੀ ਰੇਟ ਹੋਣ ਵਾਲਾ ਪਲੇਨ ਦਾ? 140 ਰੁਪਏ ਦਰਜਨ। ਓਕੇ, ਅੱਠ ਤੋਂ ਦਸ ਕਲਰ ਮਿਲ ਜਾਣਗੇ ਜੀ ਪਲੇਨ ਦੇ ਵਿੱਚ ਵੀ, ਠੀਕ ਹੈ। ਮੋਰ ਦਿਖਾ ਕੇ ਭਾਜੀ ਦੇ ਰਹੇ ਆ, ਚੀਜ਼ ਵੀ ਰੇਟ ਵੀ ਘੱਟ ਦੇ ਰਹੇ ਆ ਭਾਈ। ਇਹਨਾਂ ਦਾ ਕੀ ਰੇਟ ਹੋਣ ਵਾਲਾ ਜੀ? 180 ਰੁਪਏ ਦਰਜਨ। ਅਗਲੀ ਭਾਈ, ਅਗਲੀ ਕੀ ਵਿਖਾਉਣ ਲੱਗੇ ਹੁਣ? ਅਗਲੀ ਭਾਜੀ ਆਪਣੇ ਕਾਰੀਗਰ ਦੇ ਤੁਹਾਨੂੰ ਦਿਖਾ ਰਹੇ ਆ, ਪਲੇਨ ਗੁੱਡੀ ਲਖਨਊ ਕਾਰਡ। ਲਖਨਊ ਕਾਰਡ ਆ ਗਿਆ ਜੀ, ਪਲੇਨ ਗੁੱਡੀ ਲਖਨਊ ਕਾਰਡ, ਜਿਹਦੇ ਵਿੱਚ 15-20 ਕਲਰ ਦੇ ਦਾਂਗੇ। ਅੱਛਾ, ਆ ਹਲੇ ਭਾਈ ਹੁਣੇ ਕਿਹਨੇ ਕਲਰ ਆਏ? ਆ 3 ਕਲਰ, ਬਾਕੀ ਕਲਰ ਆ ਦੇਖੋ ਤੁਹਾਨੂੰ ਮੈਂ ਦਿਖਾ ਦਿੰਦਾ ਗਾਇਜ਼। ਬਲੂ ਕਲਰ ਮਿਲ ਜਾਏਗਾ, ਯੈਲੋ ਮਿਲ ਜਾਏਗਾ, ਰੈੱਡ ਮਿਲ ਜਾਏਗਾ, ਠੀਕ ਹੈ, ਪਿੰਕ ਮਿਲ ਜਾਏਗਾ, ਵਾਈਟ ਮਿਲ ਜਾਏਗਾ, ਬਲੈਕ ਵੀ ਹੋਏਗਾ ਭਾਜੀ? ਬਲੈਕ ਕਹਿੰਦੇ ਭਾਈ ਮੇਨ ਹੋਏਗਾ ਹੀ ਹੋਏਗਾ, ਸਪੈਸ਼ਲੀ ਡਿਮਾਂਡੀ ਬਲੈਕ ਦੀ ਇਹਦੀ। ਹਾਂਜੀ ਹਾਂਜੀ, ਕੀ ਐਸਾ ਇਹਦਾ ਰੇਟ ਕੀ ਇੱਕ ਵਾਰ ਹੋਰ ਬੋਲੋ? 180 ਰੁਪਏ ਦਰਜਨ ਭਾਈ। 180 ਰੁਪਏ ਦਰਜਨ, ਠੀਕ ਹੈ ਜੀ। ਹੋਰ ਭਾਈ, ਅਗਲਾ ਕੀ ਦਿਖਾਉਣ ਲੱਗੇ ਹੁਣ ਆਪਾਂ? ਇਸ ਤੋਂ ਅੱਗੇ ਤਾਵੀ ਭਾਜੀ, ਤਾਵੀ ਦੀ ਗੁੱਡੀ ਆ ਗਈ ਜੀ, ਤਾਵੀ ਦੀ ਗੁੱਡੀ ਆ ਗਈ। ਓਕੇ, 360 ਰੁਪਏ ਦਰਜਨ, ਔਰ ਸਪੈਸ਼ਲੀ ਜਿਹੜਾ ਵੀਡੀਓ ਦੇਖ ਕੇ ਆਏਗਾ ਉਹਦੇ ਵਾਸਤੇ 340 ਰੁਪਏ ਦਰਜਨ ਲੱਗੇਗੀ। ਕਿਆ ਬਾਤ ਹੈ, 20 ਰੁਪਏ ਲੈਸ ਹੋ ਗਈ ਜਿਹੜਾ ਵੀਡੀਓ ਦੇਖ ਕੇ ਆਏਗਾ ਜੀ। ਡਿਜ਼ਾਈਨ ਦੇਖ ਲਓ ਜੀ, ਛੁਰੀਅਲ ਆ ਗਿਆ ਜੀ, ਠੀਕ ਹੈ। ਓਕੇ, ਡਿਜ਼ਾਈਨਿੰਗ ਚੈੱਕ ਕਰੋ, ਡਿਜ਼ਾਈਨਿੰਗ ਦੀ ਭਾਈ ਕੋਈ ਕਮੀ ਨਹੀਂ, ਡਿਜ਼ਾਈਨਿੰਗ ਬਹੁਤ ਹੈ ਯਾਰ, ਡਿਜ਼ਾਈਨਿੰਗ ਬਹੁਤ ਹੈ। ਇਹ ਤੁਹਾਨੂੰ ਹੋਰ ਵਧੀਆ ਵਧੀਆ ਚੀਜ਼ਾਂ ਦਿਖਾਉਂਦੇ ਹਾਂ, ਹੋਰ ਦਿਖਾਓ ਭਾਜੀ। ₹300 ਮਿਲ ਜਾਏਗੀ ਤੁਹਾਨੂੰ ਤਾਵੀ ਦੇ ਵਿੱਚ। ਹਾਂਜੀ, ਡਿਜ਼ਾਈਨ ਦੇਖੋ, ਡਿਜ਼ਾਈਨ ਇੱਕ ਤੋਂ ਇੱਕ ਵੱਧ, ਉੱਤੇ ਵੀ ਲੱਗਿਆ ਇਹ ਚੰਦਰਮਾ ਵੀ ਲੱਗਿਆ, ਠੀਕ ਹੈ। ਇੱਧਰ ਦੇਖੋ ਜੀ ਗਾਇਜ਼, ਆਹ ਦੇਖੋ ਬਲੈਕ ਕਲਰ ਦਾ ਚੰਦਰਮਾ ਬਣਿਆ, ਠੀਕ ਹੈ। ਓਕੇ,
ਛੱਜ ਵੀ ਆ ਗਿਆ, ਨਖਲਾਓ ਗਾਰਡ ਵੀ ਆ ਗਿਆ ਭਾਈ, ਸੇਮ ਰੇਟ ਹੈ ਛੱਜ ਨਖਲਾਓ ਗਾਰਡ ਤੇ ਪਰੀ, ਹਨਾ ਨਾ 300 ਰੁਪਏ ਦਰਜਨ ਆ। ਉੱਤੇ ਵਾਲਾ ਡਿਜ਼ਾਈਨ ਬਹੁਤ ਪਿਆਰਾ ਜੀ। ਹਾਂ ਓਕੇ, ਹੋਰ ਦਿਖਾਈਏ ਆਪਾਂ, ਇਸ ਤੋਂ ਹੁਣ ਆਈਏ ਡੇਢ ਤਾਂ ਵੀ ਆ ਜਾਂਦੀ ਆਪਣੀ, ਹੁਣ ਆ ਗਏ ਆਪਾਂ ਡੇਢ ਤਾਂ ਵੀ। ਕੀ ਰੇਟ ਹੋਣ ਵਾਲਾ ਡੇਢ ਤਾਵੇ ਦਾ? 600 ਰੁਪਏ ਦਰਜਨ। ਅੱਛਾ, 50 ਰੁਪਏ ਪੀਸ। ਡਿਜ਼ਾਈਨਿੰਗ ਚੈੱਕ ਕਰੋ, ਡਿਜ਼ਾਈਨਿੰਗ ਭਾਜੀ ਕੋ ਵਾਧੂ ਹੈਗੀ ਹੈ, ਠੀਕ ਹੈ, ਡਿਜ਼ਾਈਨਿੰਗ ਦੀ ਕੋਈ ਕਮੀ ਨਹੀਂ। ਆ ਦੇਖੋ ਡਿਜ਼ਾਈਨ ਦੇਖ ਲਓ ਜੀ, ਆ ਡਿਜ਼ਾਈਨ ਚੈੱਕ ਕਰੋ, ਡਿਜ਼ਾਈਨ ਦੇਖੋ, ਡਿਜ਼ਾਈਨ ਕਲਰ ਚਾਰ ਦੇਖੋ, ਡਿਜ਼ਾਈਨ ਦੇਖੋ, ਠੀਕ ਹੈ ਭਾਈ। ਇੱਕ ਵਾਰ ਹੋਰ ਰੇਟ ਬੋਲ ਦਿਓ। 50 ਰੁਪਏ ਪਰ ਪੀਸ ਭਾਈ, 600 ਰੁਪਏ ਪਰ ਪੀਸ, 600 ਰੁਪਏ ਦਰਜਨ। ਛੱਜ ਵੀ ਮਿਲ ਜੇਗਾ ਭਾਈ ਤੁਹਾਨੂੰ ਇਹਦੇ ਵਿੱਚ। ਅੱਛਾ, ਛੱਜ ਵੀ ਹੈਗਾ? ਓਕੇ, ਛੱਜ ਵੀ ਮਿਲ ਜੇਗਾ। ਅੱਖੜ ਵੀ ਹੈਗੇ, ਡਿਜ਼ਾਈਨ 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 ਬਹੁਤ ਹੈਗਾ। ਆਹ ਹੁਣ ਪਾਕਿਸਤਾਨੀ ਭਾਈ, ਹਾਂਜੀ ਆਓ, ਇੱਕ ਤੋਂ ਬਾਅਦ ਤੁਹਾਨੂੰ ਪਾਕਿਸਤਾਨੀ ਦਿਖਾਉਂਦੇ ਭਾਈ। ਚਲੋ ਇਹ ਪਾਕਿਸਤਾਨੀ ਗੁੱਡੀ ਦਿਖਾਈਏ, ਦਿਖਾਓ ਜੀ। ਲਓ ਜੀ ਗਾਇਜ਼, ਆ ਸਾਰੀ ਆ ਗਈ ਇਹ ਪਹਿਲਾ ਡਿਜ਼ਾਈਨ। ਕੀ ਬਾਤ ਹੈ, ਰੇਟ ਹੁਣ ਇਹਦਾ ਐਂਡ ਤੇ ਬੋਲਾਂਗੇ। ਫਰਮਾ ਵੀ ਭਾਈ ਪਾਕਿਸਤਾਨੀ ਹੋਣ ਵਾਲੀ ਹੈ, ਫਰਮਾ ਵੀ ਗਾਇਜ਼ ਪਾਕਿਸਤਾਨੀ ਹੋਣ ਵਾਲੀ ਹੈ। ਅੱਛਾ ਦੇਖ ਲਓ ਭਾਜੀ, ਪਾਕਿਸਤਾਨੀ ਫੁੱਲ ਮਾਨਸੀ ਗੁੱਡੀ ਹੋਏਗੀ। ਓਕੇ ਡਿਜ਼ਾਈਨ ਦੇਖੋ, ਓਕੇ ਡਿਜ਼ਾਈਨ ਆ ਦੇਖੋ ਗਾਇਜ਼, ਡਿਜ਼ਾਈਨ ਦਿਖਾਈਏ ਤੁਹਾਨੂੰ ਭਾਈ। ਅੱਗੇ ਅੱਗੇ ਕਰੀਏ ਇੱਦਾਂ ਹੀ, ਹਾਂ ਕਰੀ ਜਾਓ, ਡਿਜ਼ਾਈਨ ਦਿਖਾਉਂਦੇ ਹਾਂ ਆਪਾਂ ਆਪਣੇ ਵਿਊਅਰਸ ਨੂੰ। ਇੰਨਾ ਡਿਜ਼ਾਈਨ ਤੁਹਾਨੂੰ ਕਿਤੋਂ ਨਹੀਂ ਮਿਲੇਗਾ, ਇਹ ਮਿਲੇਗਾ ਤਾਂ ਸਿਰਫ ਰਿੰਕਲ ਕਾਈਟ ਸਟੋਰ ਤੇ ਮਿਲੇਗਾ। ਡਿਜ਼ਾਈਨਿੰਗ ਚੈੱਕ ਕਰੋ ਭਾਜੀ, ਅਨਲਿਮਿਟਿਡ। ਹੋਰ ਭਾਜੀ, ਅੱਛਾ ਇੱਧਰ ਵੀ ਲਾਈਏ, ਕੀ ਬਾਤ ਹੈ। ਅੰਤਾ ਦੀ ਡਿਜ਼ਾਈਨਿੰਗ ਭਾਈ, ਕਿੰਨਾ ਡਿਜ਼ਾਈਨ ਹੋਏਗਾ, ਥੋੜਾ ਦੱਸੋ ਆਈਡੀਆ। 80 ਤੋਂ 100 ਡਿਜ਼ਾਈਨ ਮਿਲਣਗੇ ਤੁਹਾਨੂੰ, 80 ਤੋਂ 100 ਡਿਜ਼ਾਈਨ। ਅੱਛਾ, ਕੀ ਆ ਗੁੱਡਿਆਂ ਦਾ ਰੇਟ ਕੀ ਹੋਣ ਵਾਲਾ? 60 ਰੁਪਏ ਪਰ ਪੀਸ ਭਾਜੀ। 60 ਰੁਪਏ ਪਰ ਪੀਸ, 120 ਰੁਪਏ। ਕੀ ਬਾਤ ਹੈ, ਬਹੁਤ ਘੱਟ ਰੇਟ ਹੈ ਭਾਈ, ਬਹੁਤ ਜ਼ਿਆਦਾ। ਮਤਲਬ ਮੈਂ ਬਾਹਰ ਵੇਖਿਆ ਭਾਜੀ, ਆਹ ਵਾਲੇ ਜਿਹੜੇ ਗੁੱਡੇ ਆ ਨਾ, 80 ਰੁਪਏ 90 ਰੁਪਏ ਦਿੰਦੇ ਪਏ ਆ, ਤੇ ਤੁਸੀਂ 60 ਰੁਪਏ ਕਿੱਦਾਂ ਦਿੰਦੇ ਪਏ ਜੀ? ਬਸ ਇੱਦਾਂ ਹੀ ਭਾਜੀ। ਕੀ ਬਾਤ ਹੈ ਜੀ, ਯਾਰ ਇੰਨੀ ਘੱਟ ਰੇਟ ਤੇ ਗੁੱਡੀ ਲੈਣੀ ਹੈ, ਸਿਰਫ ਰਿੰਕਲ ਕਾਈਟ ਸਟੋਰ ਤੇ ਮਿਲੇਗੀ। ਥੱਲੇ ਕੰਟੈਕਟ ਨੰਬਰ ਤੇ ਐਡਰੈਸ ਦਿੱਤਾ ਹੋਇਆ ਵਾ, ਤੇ ਡਿਜ਼ਾਈਨਿੰਗ ਚੈੱਕ ਕਰੋ ਭਾਜੀ ਕੋ, ਕੀ ਬਾਤ ਹੈ ਭਾਈ। ਹੁਣ ਨੈਕਸਟ ਡਿਜ਼ਾਈਨ ਤੇ ਆਈਏ, ਹੁਣ ਆਪਾਂ ਕੀ ਵਿਖਾਉਣ ਲੱਗੇ ਆ? ਪਾਕਿਸਤਾਨੀ, ਇਸ ਤੋਂ ਵੀ ਜ਼ਿਆਦਾ ਭਰਵੇਂ ਛਾਪੇ ਭਾਜੀ। ਅੱਛਾ, ਇਹ ਤੋਂ ਵੀ ਵਧੀਆ, ਲਿਆਓ ਜੀ ਲਿਆਓ, ਇੱਧਰ ਲਿਆਓ। ਹਾਂ ਹੁਣ ਡਿਜ਼ਾਈਨ ਦਿਖਾਓ, ਹਾਂ ਪਾਕਿਸਤਾਨੀ ਗੁੱਡੀ ਆ। ਅੱਛਾ ਪਾਕਿਸਤਾਨੀ ਗੁੱਡੀ ਆ ਜੀ, ਆ ਗਈ ਹੈ ਪਾਕਿਸਤਾਨੀ ਫਰਮਾ ਦੇ ਨਾਲ, ਤੇ ਡਿਜ਼ਾਈਨਿੰਗ ਚੈੱਕ ਕਰੋ, ਲਾਜਵਾਬ, ਕੀ ਬਾਤ ਹੈ। ਇਹਨੂੰ ਕਹਿੰਦੇ ਭਾਈ ਬੁਲਬੁਲ ਕਾ ਬੱਚਾ, ਸਹੀ ਗੱਲ ਹੈ, ਬਹੁਤ ਸੋਹਣਾ ਭਾਈ, ਬਹੁਤ ਸੋਹਣਾ ਡਿਜ਼ਾਈਨ ਜੀ। ਕੀ ਬਾਤ ਹੈ, ਦਿਲ ਖੁਸ਼ ਕਰਤਾ ਭਾਈ, ਇੰਨਾ ਸੋਹਣਾ ਡਿਜ਼ਾਈਨ, ਕੀ ਬਾਤ ਹੈ। ਕੀ ਰੇਟ ਭਾਈ ਆਹ ਵਾਲੇ ਡਿਜ਼ਾਈਨਾਂ ਦਾ? 70 ਰੁਪਏ ਪਰ ਪੀਸ ਹੈ ਭਾਈ। ਸਹੀ ਗੱਲ ਦੱਸਾਂ, ਆਹ ਡਿਜ਼ਾਈਨ ਵੀ ਨਹੀਂ ਕਿਤੇ ਮੈਂ ਵੇਖੇ ਜੀ, ਤੇ ਡਿਜ਼ਾਈਨਿੰਗ ਲਾਜਵਾਬ ਨੰਬਰ 1, ਬਹੁਤ ਸੋਹਣੀ ਲੱਗੀ ਭਾਈ ਮੈਨੂੰ, ਬਹੁਤ ਸੋਹਣੀ। ਆਹ ਵਾਲਾ ਤਾਂ ਮੇਰਾ ਸਪੈਸ਼ਲ ਫੇਵਰੇਟ ਗੁੱਡਾ ਹੋ ਗਿਆ ਜੀ, ਸਹੀ ਗੱਲ ਹੈ। ਆਹ ਪਲੇਨ ਦੇ ਵਿੱਚ ਭਾਈ ਨੇ ਬਣਾਇਆ, ਬਹੁਤ ਸੋਹਣਾ ਡਿਜ਼ਾਈਨ ਬਣਾਇਆ ਭਾਈ ਨੇ, ਕਿਆ ਬਾਤ ਹੈ, ਬਹੁਤ ਸੋਹਣਾ। 70 ਰੁਪਏ ਪਰ ਪੀਸ ਨਾ, ਬਹੁਤ 40 ਰੁਪਏ ਦਰਜਨ ਭਾਜੀ। ਠੀਕ ਹੈ ਭਾਈ, ਬਹੁਤ ਵਧੀਆ ਜੀ। ਹੁਣ ਕੀ ਵਿਖਾਉਣ ਲੱਗੇ ਭਾਈ? ਹੁਣ ਤੁਹਾਨੂੰ ਆਪਾਂ ਆਪਣੀ ਸਪੈਸ਼ਲੀ ਗੁੱਡੀ ਦਿਖਾ ਰਹੇ, ਜਿਹੜੀ ਸ਼ਾਇਦ ਕਿਸੇ ਕਿਸੇ ਦੁਕਾਨਦਾਰ ਤੋਂ ਮਿਲੇਗੀ। ਅੱਛਾ, ਦੋ ਤਾਂ ਵੀ ਗੰਨੂ ਸਕਾਏ ਗਏ ਜਿਹਦੀ ਗੁੱਡੀ, ਕਿਆ ਬਾਤ ਹੈ। ਡਿਜ਼ਾਈਨ ਚੈੱਕ ਕਰ ਦੋ ਭਾਜੀ, ਗਾਇ ਡਿਜ਼ਾਈਨ, ਓ ਹੋ ਹੋ, ਭੱਲੇ ਭਾਈ ਦਿਖਾਇਓ, ਪਤੰਗ ਵਾਲਾ ਦਿਖਾਇਓ, ਗੁੱਡੇ ਦੇ ਵਿੱਚ ਪਤੰਗ ਵੇਖੋ ਕਿੰਨੀ ਵੱਡੀ ਬਣੀ ਹੈ, ਭੱਲੇ ਨਾਈਸ ਭਾਈ। ਆਹ ਵਿਖਾਓ ਜੋਕਰ, ਜੋਕਰ
ਕੀ ਰੇਟ ਹੋਣ ਵਾਲਾ ਭਾਈ ਜੋਕਰ ਦਾ? 250 ਰੁਪਏ ਪਰ ਪੀਸ ਹੈਗਾ। ਬਹੁਤ ਸੋਹਣਾ ਭਾਈ, ਕਿੰਨੇ ਤਾਵੀ ਹੋਣ ਵਾਲਾ? ਦੋ ਤਾਵੀ ਭਾਜੀ। ਦੋ ਤਾਵੀ ਜੀ। ਅੱਛਾ, ਆਹ ਲੁੱਡੋ ਆ ਗਿਆ ਜੀ ਗਾਇਜ਼, ਇਹੋ ਜੀ ਲੁੱਡੋ ਕਿਸੇ ਨੇ ਵੇਖੀ ਹੈ? ਜੇ ਅਗਰ ਹਵਾ ਨਹੀਂ ਚੱਲਦੀ ਤੇ ਲੁੱਡੋ ਖੇਡ ਲਓ। ਬਿਲਕੁਲ ਸਹੀ ਗੱਲ ਹੈ। ਕਿਆ ਬਾਤ ਹੈ, ਬਾਕੀ ਸਾਹਮਣੇ ਲੱਗੇ ਡਿਜ਼ਾਈਨਿੰਗ ਚੈੱਕ ਕਰੋ। ਆ ਸ਼ੇਰ ਆ ਗਿਆ ਜੀ ਗਾਇਜ਼, ਲੁੱਡੋ ਆ ਗਈ, ਠੀਕ ਹੈ, ਤੇ ਦੈਨ ਆਪਣਾ ਜੋਕਰ ਆ ਗਿਆ, ਤੇ ਬਾਕੀ ਭਾਈ ਨੇ ਤੁਹਾਨੂੰ ਡਿਜ਼ਾਈਨ ਦਿਖਾ ਦਿੱਤੇ ਆ। ਇਸ ਤੋਂ ਬਾਅਦ ਭਾਈ ਤਿੰਨ ਤਾਵੀ ਵਖਾਨੇ ਆ ਹੁਣ। ਚਲੋ ਜੀ, ਲੋ ਭਾਈ ਤਿੰਨ ਤਾਵੇ ਦੇ ਵਿੱਚ ਡਿਜ਼ਾਈਨ ਆ ਗਿਆ ਜੀ ਗਾਇਜ਼, ਪਰੀ ਦੇ ਵਿੱਚ। ਅਗਲਾ ਆ ਗਿਆ ਛੱਜ ਭਾਜੀ, ਪੱਤਾ ਬਣਿਆ ਬਹੁਤ ਸੋਹਣਾ ਗੋਲਡਨ ਕਲਰ ਦਾ। ਹੋਰ ਡਿਜ਼ਾਈਨ ਦਿਖਾਈ ਜਾਓ ਭਾਈ ਕੋ, ਐਂਡ ਡਿਜ਼ਾਈਨ ਹੋਣ ਵਾਲੇ ਆ, ਬਹੁਤ ਸੋਹਣੇ। ਕਿਆ ਬਾਤ ਹੈ। ਕੀ ਰੇਟ ਹੋਣ ਵਾਲਾ ਭਾਈ ਤਿੰਨ ਤਾਵੇ ਦਾ? 100 ਰੁਪਇਆ ਪਰ ਪੀਸ। ਕਿਆ ਬਾਤ ਹੈ, ਨਾਲ ਪਾਕਿਸਤਾਨੀ ਫਰਮਾ ਦੇ ਨਾਲ ਪਿਓਰ ਪਾਕਿਸਤਾਨੀ ਡਿਜ਼ਾਈਨ ਹੋਣ ਵਾਲਾ ਜੀ, ਕੋਈ ਫੇਕ ਨਹੀਂ। ਚੈੱਕ ਕਰੋ ਭਾਈ, ਫਰਮਾ ਚੈੱਕ ਕਰਾਓ ਯਾਰਾ, ਫਰਮਾ ਚੈੱਕ ਕਰਾਓ, ਪ੍ਰਾਈਸ ਚੈੱਕ ਕਰੋ ਜੀ ਗੱਲ। ਹਾਂ ਦਿਖਾਓ ਭਾਈ, ਦਿਖਾਓ ਡਿਜ਼ਾਈਨਿੰਗ। ਕਿਆ ਬਾਤ ਹੈ, ਅਗਲਾ ਸਿੱਧਾ ਕਰਿਓ ਭਾਈ, ਆਹ ਵਾਲਾ ਬਿਲਕੁਲ ਸਿੱਧਾ ਕਰਕੇ ਪਾਓ। ਦੂਜੇ ਪਾਸੇ ਘੁਮਾ ਦਿਓ ਹੁਣ, ਡਿਜ਼ਾਈਨ ਚੈੱਕ ਕਰੋ ਜੀ, ਫਰਮਾ ਚੈੱਕ ਕਰੋ, ਡਿਜ਼ਾਈਨ ਚੈੱਕ ਕਰੋ, ਪਾਕਿਸਤਾਨੀ ਗੁੱਡੇ ਹੋਣ ਵਾਲੇ ਜੀ। ਅੱਛਾ ਭਾਜੀ, ਇਹ ਹੋਰ ਦਿਖਾਓ ਜੀ, ਇੱਕ ਤੇ ਆਹ ਗੁੱਡਾ ਬੜਾ ਸੋਹਣਾ ਲੱਗਿਆ, ਆਹ ਵੀ ਤਿੰਨ ਤਾਵੀ ਹੈ, ਇਹ ਵੀ ਤਿੰਨ ਤਾਵੀ, ਸੋਨੂੰ ਪੀਜਨ ਦਾ ਗੁੱਡਾ ਜੀ, ਸੋਨੂੰ ਪੀਜਨ ਦਾ ਗੁੱਡਾ ਆ ਗਿਆ ਜੀ ਤਿੰਨ ਤਾਵੀ। ਆਹ ਪਾਕਿਸਤਾਨੀ ਆ ਗਏ ਹੁਣ, ਪਾਕਿਸਤਾਨੀ ਡਿਜ਼ਾਈਨ, ਪ੍ਰੋਪਰ ਪਾਕਿਸਤਾਨੀ ਡਿਜ਼ਾਈਨ ਹੈ, ਤੇ ਪਾਕਿਸਤਾਨੀ ਫਰਮਾ ਦੇ ਨਾਲ ਗੁੱਡਾ ਹੋਏਗਾ, ਤੇ ਡਿਜ਼ਾਈਨਿੰਗ ਚੈੱਕ ਕਰੋ, ਤੁਹਾਨੂੰ ਡਿਜ਼ਾਈਨ ਚੈੱਕ ਕਰਾਉਂਦੇ ਹਾਂ, ਛੁੱਟੀ ਜਾਓ ਇੱਦਾਂ ਹੀ, ਡਿਜ਼ਾਈਨ ਬੜੇ ਘੈਂਟ ਜੀ। ਕਿਆ ਬਾਤ ਹੈ, ਆਹ ਡਿਜ਼ਾਈਨ ਬੜਾ ਸੋਹਣਾ ਭਾਈ, ਵਿੱਕੀ ਭਾਈ ਬਹੁਤ ਆਪਣੇ ਅਜੀਜ਼ ਹੈਗੇ ਵੈਸੇ। ਡਿਜ਼ਾਈਨਿੰਗ ਚੈੱਕ ਕਰੋ ਯਾਰ, ਲਾਜਵਾਬ, ਮਜ਼ਾ ਆ ਗਿਆ। ਆਹ ਬਲੈਕ ਵਾਲਾ ਭਾਈ ਐਂਡ ਜੀ, ਬੱਲੇ ਬੱਲੇ ਬੱਲੇ, ਗੁੱਡੇ ਹੀ ਬਣੇ ਵਿੱਚ, ਗੁੱਡੇ ਦੇ ਵਿੱਚ 6-6 ਗੁੱਡੇ। ਕਿਆ ਬਾਤ ਹੈ, ਇੱਕ ਤੋਂ ਇੱਕ ਵੱਧ ਭਾਈ ਨੇ ਗੁੱਡੇ ਰੱਖੇ ਆ, ਇੱਕ ਤੋਂ ਇੱਕ ਵੱਧ। ਡਿਜ਼ਾਈਨਿੰਗ ਚੈੱਕ ਕਰੋ, ਇਹੋ ਜਿਹੀ ਡਿਜ਼ਾਈਨਿੰਗ ਕਿਤੇ ਨਹੀਂ ਮਿਲਣੀ। ਕੀ ਰੇਟ ਹੋਣ ਵਾਲਾ ਹੁਣ, ਰੇਟ ਦੱਸ ਦਈਏ ਭਾਈ? 230 ਰੁਪਏ ਪਰ ਪੀਸ ਭਾਈ, 230 ਰੁਪਏ ਪਰ ਪੀਸ। ਜਿਹਨੂੰ ਵੀ ਚਾਹੀਦਾ ਥੱਲੇ ਕੰਟੈਕਟ ਕਰ ਸਕਦਾ, ਐਡਰੈਸ ਤੇ ਨੰਬਰ ਮੈਂਸ਼ਨ ਕੀਤਾ ਥੱਲੇ। ਹਾਂਜੀ ਭਾਜੀ, ਅਗਲੇ ਡਿਜ਼ਾਈਨ ਤੇ ਆ ਜਾਈਏ ਹੁਣ। ਹਾਂਜੀ ਗਾਇਜ਼, ਚੈੱਕ ਕਰੋ ਭਾਈ ਨੇ 3 ਤਾਵੀ ਮੱਛੇ ਦੇ ਡਿਜ਼ਾਈਨ ਕੱਢਤੇ ਜੀ, ਚੈੱਕ ਕਰੋ। ਓਏ ਡਿਜ਼ਾਈਨਿੰਗ ਰੰਗਾਂ ਮੇਚੀ, ਇੱਧਰ ਵੇਖੋ। ਕਿਆ ਬਾਤ ਹੈ, ਦਿਖਾਓ ਭਾਜੀ, ਹੋਰ ਦਿਖਾਓ ਡਿਜ਼ਾਈਨ, ਦਿਖਾਓ ਬਾਤ ਸਾਡੇ ਵਿਊਅਰਸ ਨੂੰ ਨਾਰਾਜ਼ ਨਹੀਂ ਕਰਨਾ ਭਾਜੀ, ਖੁਸ਼ ਕਰਕੇ ਭੇਜਣਾ ਆਪਾਂ। ਬਿਲਕੁਲ ਬਿਲਕੁਲ, ਡਿਜ਼ਾਈਨਾਂ ਵੱਲੋਂ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਸਾਡੇ ਵਿਊਅਰ ਵਾਸਤੇ, ਠੀਕ ਹੈ ਨਾ? ਡਿਜ਼ਾਈਨ ਚੈੱਕ ਕਰੋ ਗਾਇਜ਼, ਡਿਜ਼ਾਈਨ ਇੱਕ ਤੋਂ ਇੱਕ ਵੱਧ ਡਿਜ਼ਾਈਨ ਹੋਏਗਾ। ਕਿਆ ਬਾਤ ਹੈ, ਇੱਧਰ ਦੇਖੋ ਕਿੰਨਾ ਮੱਛਾ ਭਾਈ ਨੇ ਥੱਲੇ ਰਾਤ ਹੈ। ਹੈਂ, ਕੀ ਰੇਟ ਹੋਣ ਵਾਲਾ ਭਾਈ? 150 ਰੁਪਏ ਪਰ ਪੀਸ 150 ਰੁਪਏ ਪਰ ਪੀਸ ਮੱਛਾ। ਕਿਆ ਬਾਤ ਹੈ ਭਾਈ, ਹੁਣ ਕੀ ਦਿਖਾਉਣ ਲੱਗੇ ਜੀ? ਹੁਣ ਤੁਹਾਨੂੰ 4 ਤਾਵਾ ਲਖਬੀਰ ਦੇ ਗੁੱਡੇ ਦਿਖਾਵਾਂਗੇ ਭਾਜੀ। ਲਖਬੀਰ ਦੇ ਗੁੱਡੇ, ਚਲੋ ਦਿਖਾਓ ਜੀ, ਡਿਜ਼ਾਈਨਿੰਗ ਦੇਖਦੇ ਆ ਗਾਇਜ਼ ਕੀ ਨਹੀਂ। ਉਹ ਬੱਲੇ, ਆਹ ਭਾਜੀ ਸ਼ਰਾਬ ਤੇ ਨਾਲ ਬੋਤਲ, ਕੀ ਆਂਦਾ, ਬੋਤਲ ਤੇ ਨਾਲ ਗਲਾਸ ਆ ਗਏ, ਹਨਾ ਨਾ। ਅਗਲਾ ਡਿਜ਼ਾਈਨ ਆ ਜੀਏ, ਪੀਣ ਵਾਲੇ ਜਿਹੜੇ ਭਰਾ ਹੋਣ, ਆਹੋ ਲੋਹੜੀ ਤੇ ਭਾਜੀ ਅਜਰ ਗੁੱਡੀ ਘੱਟ ਦਿੰਦੇ ਕਈ, ਤੇ ਪੀਣ ਵਾਲੇ ਜ਼ਿਆਦਾ ਹੁੰਦੇ ਜੀ। ਚਲੋ ਹਰ ਕਿਸੇ ਦਾ ਆਪੋ ਆਪਣਾ ਸ਼ੌਂਕ ਹੈ, ਮੇਰੇ ਲੋਹੜੀ ਬਿਲਕੁਲ ਬਿਲਕੁਲ ਬਿਲਕੁਲ, ਸਹੀ ਗੱਲ ਆ, ਸਹੀ ਗੱਲ ਆ, ਮਨਾਉਂਦਾ
ਪੁੱਤਰ ਡਿਜ਼ਾਈਨ ਭਾਈ ਨੇ ਦਿਖਾਇਆ ਹੁਣੇ ਪੁੱਤਾਂ ਵਾਲਾ, ਠੀਕ ਹੈ। ਅਗਲਾ ਅਗਲਾ ਡਿਜ਼ਾਈਨ ਦਿਖਾਈਏ। ਲੋਹੜੀ ਵਾਲੇ ਦਿਨ ਲੋਕੀ ਤਾਸ਼ ਵੀ ਖੇਡਦੇ ਆ ਭਾਈ ਨੇ, ਹਰ ਚੀਜ਼ ਬਣਾਈ ਹੋਈ ਹੈ, ਲੁੱਡੋ ਬਣਾਈ ਹੈ, ਤਾਸ਼ ਬਣਾਈ ਹੈ, ਠੀਕ ਹੈ, ਹਰ ਚੀਜ਼ ਕੀਤੀ ਹੋਈ ਹੈ, ਕੋਈ ਪੈਗ ਵੀ ਲਵਾ ਤੇ ਕੋਈ ਬੰਦਾ ਬੋਰ ਨਾ ਹੋਏ, ਕਿਸੇ ਨੇ ਦਿਲ ਲਾਣਾ ਉਹ ਦਿਲ ਵੀ ਲਾ ਸਕਦਾ, ਦਿਲ ਵਾਲਾ ਗੁੱਡਾ ਆ ਗਿਆ। ਲੋਹੜੀ ਤੇ ਕਈਆਂ ਦੇ ਦਿਲ ਲੱਗਦੇ ਆ ਛੱਤ ਤੇ ਚੜ ਕੇ, ਠੀਕ ਹੈ। ਹੋਰ ਦਿਖਾਓ ਜੀ, ਹੁਣ ਇੱਕ ਹੋਰ ਭਾਈ ਨੇ ਪੁੱਤਰ ਗੁੱਡਾ ਲਿਆਂਦਾ ਅੱਗੇ, ਪੁੱਤਰ ਹੈਗਾ ਨਾ ਬਾਈ, ਹਾਂ, ਕਿਸੇ ਨੇ ਨਵਾਂ ਨਵਾਂ ਘਰ ਬਣਾਇਆ, ਬਾਹਰ ਟੰਗ ਦੋ ਨਜ਼ਰ ਨੀ ਲੱਗੇਗੀ। ਬਹੁਤ ਵਧੀਆ ਜੀ, ਬਹੁਤ ਸੋਹਣੇ ਗੁੱਡੇ ਭਾਈ, ਬੋਰਡਰ ਵਾਲਾ ਆ ਗਿਆ। ਹੋਰ ਹੋਰ ਅੱਗੇ, ਉਹ ਬਾਜ ਆ ਗਿਆ, ਬਾਜ ਬਹੁਤ ਸੋਹਣਾ ਜੀ, ਬਹੁਤ ਸੋਹਣਾ, ਆਹ ਡਿਜ਼ਾਇਨ ਭਾਈ ਬਹੁਤ ਸੋਹਣਾ ਜੀ, ਯੂਨੀਕ ਹੈਗਾ। ਅਗਲਾ ਅਗਲਾ, ਐਂਗਰੀ ਆ ਗਿਆ, ਐਂਗਰੀ ਐਂਗਰੀ ਗੁੱਡਾ ਆ ਗਿਆ, ਅੱਖਾਂ ਵਾਲਾ ਅੱਖੜ ਆ ਗਿਆ, ਅੱਛਾ ਮੁੱਛਾਂ ਵਾਲਾ ਵੀ ਆ ਗਿਆ, ਬਸ ਠੀਕ ਹੈ ਭਾਈ, ਉਹਨਾਂ ਨੂੰ ਅੱਖਾਂ ਦਿਖਾਣਗੇ। ਅਗਲਾ ਗੁੱਡਾ ਭਾਈ, ਅੱਛਾ ਸਪੈਸ਼ਲ ਕੰਟੈਂਟ ਦਿਖਾਓ ਫਿਰ, ਮੇਰੇ ਵਿਊਅਰਸ ਵੇਟ ਕਰ ਰਹੇ ਨੇ ਭਾਈ। ਉੱਤੋਂ ਦੀ ਡਿਜ਼ਾਈਨ ਬਣਿਆ ਹੋਇਆ ਥੱਲੇ, ਉਹ ਪਲੇਨ ਆ, ਸਿੰਪਲ ਹੈਗਾ, ਕਿਸੇ ਨੇ ਭਾਈ ਨਾ ਸੈਲੀਬ੍ਰੇਸ਼ਨ ਵਾਸਤੇ ਕਿਸੇ ਨੂੰ ਗਿਫਟ ਕਰਨ ਵਾਸਤੇ, ਕਹਿਣ ਦਾ ਮਤਲਬ, ਅੱਛਾ ਮੈਂ ਸਮਝ ਗਿਆ ਕਿ ਥੱਲੇ ਲਿਖ ਲਓ ਹੈਪੀ ਹੈਪੀ ਲੋਹੜੀ, ਠੀਕ ਹੈ, ਹੈਪੀ ਬਰਥਡੇ, ਕੁਛ ਵੀ, ਮਤਲਬ ਜਾਂ ਤੇ ਕਿਸੇ ਦੀ ਫੋਟੋ ਲਗਵਾ ਦਿਓ, ਫੋਟੋ ਲਗਵਾ, ਹਨਾ ਨਾ, ਬਾਕੀ ਤੁਹਾਡੇ ਅਸ ਕੰਟੈਂਟ ਤੁਹਾਨੂੰ ਹੁਣੇ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਅੱਛਾ ਆਹ ਲੈ ਸਿੰਪਲ ਦਿਖਾਇਆ, ਹੁਣ ਇਹਦੇ ਤੋਂ ਬਾਅਦ ਕੰਟੈਂਟ ਆਏਗਾ, ਮਤਲਬ ਮੇਨ ਵਾਲੇ ਗੁੱਡੇ ਵਗੈਰਾ ਤੁਹਾਨੂੰ ਦੇਵਾਂਗੇ ਬਣਾ ਕੇ, ਓਕੇ, ਹਰ ਕਿਸੇ ਸਬਸਕ੍ਰਾਈਬਰ ਦੀ ਡਿਮਾਂਡ ਤੇ ਕਹੇ ਭਾਈ ਨੇ ਸਪੈਸ਼ਲ ਚੀਜ਼ ਬਣਾਈ ਹੋਏਗੀ, ਚਲੋ ਦਿਖਾਉਂਦੇ ਆ ਇਹਦੇ ਨਾਲ ਹੀ ਸਪੈਸ਼ਲ ਚੀਜ਼ ਭਾਜੀ, ਤੁਹਾਨੂੰ 4 ਤਾਵਾ ਔਰ 6 ਤਾਵੇ ਇਸ ਤੋਂ ਜ਼ਿਆਦਾ ਸਪੈਸ਼ਲ ਆਉਣ ਵਾਲੀਆਂ ਨੇ। ਅੱਛਾ ਹਾਂਜੀ, ਆਹ ਦੇਖੋ ਜੀ ਗਾਇਜ਼, ਆਪਣਾ ਆ ਗਿਆ ਗੁੱਡਾ ਸਿੱਧੂ ਮੂਸੇ ਵਾਲੇ ਦਾ, ਲੈਜੈਂਡ ਲੈਜੈਂਡ ਬਿਲਕੁਲ, ਕੀ ਬਾਤ ਹੈ, ਬਹੁਤ ਸੋਹਣਾ ਜੀ, ਬਹੁਤ ਸੋਹਣਾ। ਅਗਲਾ ਭਾਜੀ, ਆਹ ਗੁੱਡਾ ਬੜਾ ਬਹੁਤ ਘੈਂਟ ਜੇ, ਸਹੀ ਗੱਲ ਦੱਸਾਂ ਬਹੁਤ ਸੋਹਣਾ, ਆਹ ਵਾਲਾ ਗੁੱਡਾ ਬਹੁਤ ਸੋਹਣਾ ਜੇ, ਨੰਬਰ 1। ਅਗਲਾ, ਆਹ ਜਿਵੇਂ ਭਾਈ ਨੇ ਪਿੱਛੇ ਡਿਜ਼ਾਈਨ ਦਿਖਾਇਆ ਨਾ ਉੱਤੇ, ਇੱਥੋਂ ਤੱਕ ਹੈਗਾ ਸੀ ਹਾਫ, ਠੀਕ ਹੈ, ਆਹ ਭਾਈ ਨੇ ਫੋਟੋ ਲਗਾਈ ਹੈ ਨਾਲ, ਕਿਸੇ ਨੇ ਲਗਵਾਉਣੀ ਹੋਏ ਲਗਵਾ ਸਕਦਾ ਭਾਈ, ਕੋਈ ਸਪੈਸ਼ਲ ਆਪਣੀ ਵੀ ਲਗਵਾ ਸਕਦਾ, ਡਾਊਨ ਟੂ ਅਰਥ ਲੈਜੈਂਡ ਸਿੱਧੂ ਮੂਸੇ ਵਾਲਾ, ਸਹੀ ਗੱਲ ਹੈ ਭਾਜੀ, ਭਾਈ ਹੈ ਹੀ ਲੈਜੈਂਡ ਸੀ ਭਾਈ, ਸਹੀ ਗੱਲ ਹੈ ਜੀ, ਅੰਬਰਸਰ ਚ ਸਾਰਿਆਂ ਦੇ ਫੇਵਰੇਟ ਹੈ, ਪੰਜਾਬੀ ਹੈ ਜ਼ਿਆਦਾਤਰ, ਉਹਨਾਂ ਨੂੰ ਪਤਾ ਹੈਗਾ, ਮਤਲਬ ਬਾਈ ਨੇ ਆਪਣੀ ਹਰ ਕੰਟਰੀ ਹਰ ਦੇਸ਼ ਚ ਪਛਾਣ ਆਪਣੀ ਵੱਖਰੀ, ਬਿਲਕੁਲ ਬਿਲਕੁਲ ਭਾਈ, ਫੋਰਨ ਤੱਕ ਗਏ ਨੇ, ਹਾਂ ਭਾਈ, ਅੱਜ 6 ਤਾਵੇ ਲੱਗੇ ਹੁਣ ਵੱਡੇ ਵੱਡੇ, ਤੇ ਕੀ ਡਿਜ਼ਾਈਨਿੰਗ ਹੋਣ ਵਾਲੀ ਸਾਡੇ ਕੋ, ਸਭ ਤੋਂ ਪਹਿਲਾਂ ਆਪਣੇ ਕੈਨੇਡਾ ਆ ਗਿਆ, ਕੈਨੇਡਾ ਲਵਰ ਵਾਸਤੇ, ਜਿਹਨੇ ਜਿਹਨੇ ਕੈਨੇਡਾ ਜਾਣਾ ਹੈ, ਬਹੁਤ ਲੋਕ ਭਾਈ ਕੈਨੇਡਾ ਦੇ ਆ ਗੁੱਡਾ ਪਸੰਦ ਕਰਦੇ, ਡਿਜ਼ਾਈਨ ਬਹੁਤ ਸੋਹਣਾ, ਹਾਂਜੀ ਹਾਂਜੀ, ਹੈ ਨਾ, ਅਗਲਾ ਡਿਜ਼ਾਈਨ ਤੇ ਆ ਜਾਈਏ, ਆ ਕਿਹੜਾ ਭਾਈ, ਅੱਗੇ ਚੱਲ ਜਾਓ, ਉਹਨਾਂ ਦੀ ਥੋੜ੍ਹੀ ਹੈਲਪ ਕਰਾਓ ਗੁੱਡਿਆਂ 'ਚ, ਲਿਆਓ ਦਿਖਾਓ, ਓਏ ਹੋਏ ਹੋਏ, ਅੱਖੜ ਵੇਖੋ ਕਿੰਨਾ ਗਾਇਜ਼ ਸੋਹਣਾ ਬਣਿਆ, ਬਹੁਤ ਸੋਹਣਾ, ਬਹੁਤ ਘੈਂਟ ਡਿਜ਼ਾਈਨ ਆ, ਰੇਟ ਵੀ ਤੁਹਾਨੂੰ ਜਲਦੀ ਦੱਸਦੇ ਹਾਂ, ਠੀਕ ਹੈ, ਅਗਲਾ ਡਿਜ਼ਾਈਨ ਭਾਈ, ਅਗਲਾ, ਲਓ ਜੀ ਗਾਇਜ਼, ਕੁੱਕੜ ਲੜਨ ਦਿਆ ਇਹ ਕਿਹਦੇ ਨਾਲ ਭਾਈ, ਇਹ ਬਾਜ ਨਾਲ,
ਬਾਈ ਨਾਲ ਪੇਚੇ ਲੱਗਣ ਦੇ ਇਹਨਾਂ ਦੇ ਆਪਣੇ ਆਹੋ ਹੋਰ ਦਿਖਾਓ ਭਾਈ ਆਹ 6 ਫੁੱਟ ਦੇ ਵਿੱਚ ਵੀ ਗਾਇਜ ਭੂਤੜ ਆ ਗਿਆ ਜੀ 6 ਫੁੱਟ ਦੇ ਵਿੱਚ ਵੀ ਭੂਤੜ ਭਾਈ ਨੇ ਬਣਵਾਇਆ ਤੇ ਆਹ ਗੁੱਡਾ ਬਹੁਤ ਸੋਹਣਾ ਲੱਗ ਰਿਹਾ ਬਹੁਤ ਸੋਹਣਾ ਭਾਈ ਅੱਖਾਂ ਤੇ ਕੀ ਲਵਾਇਆ ਜੀ ਚਮਕੀਲੀ ਲਵਾ ਤੀ ਉਹਨਾਂ ਦੇ ਅੱਛਾ ਰੇਟ ਕੀ ਹੋਣ ਵਾਲਾ ਇਹਨਾਂ ਦਾ ਰੇਟ ਕੀ ਹੋਣ ਵਾਲਾ ਅੱਛਾ 200 ਰੁਪਏ ਤੋਂ ਸਟਾਰਟ ਹੈ ਵੈਸੇ ਇਹਦਾ ਰੇਟ ਹੈ 250 ਰੁਪਿਆ ਠੀਕ ਹੈ ਆਪਾਂ ਹੋਰ ਦਿਖਾਈਏ ਭਾਈ ਭਾਈ ਕੋਲ ਡਿਜ਼ਾਇਨ ਹਲੇ ਘੱਟ ਨੀ ਡਿਜ਼ਾਇਨ ਬਹੁਤ ਜ਼ਿਆਦਾ ਹੈਗੇ ਨੇ 6 ਫੁੱਟ ਦੇ ਵਿੱਚ ਲਓ ਜੀ ਗਾਇਜ਼ ਆ ਸਪੈਸ਼ਲ ਡਿਜ਼ਾਇਨ ਤੇ ਹੁਣ ਕੱਢਣ ਦੇ ਆ ਭਾਈ ਕਿੱਥੇ ਲੁਕਾ ਕੇ ਰੱਖੇ ਸੀ ਕੋਈ ਗੱਲ ਨੀ ਓਏ ਹੋਏ ਹੋਏ ਲਾਈਟ ਚੱਲ ਗਈ ਭਾਈ ਲਾਈਟ ਚੱਲ ਗਈ ਹੈ ਤੇ ਬਹੁਤ ਡਿਜ਼ਾਇਨ ਹੋਰ ਨਿਖਰ ਕੇ ਆ ਗਿਆ ਬਹੁਤ ਘੈਂਟ ਡਿਜ਼ਾਇਨ ਹੈ ਪਾਕਿਸਤਾਨੀ ਗੁੱਡਾ ਹੋਣ ਵਾਲਾ ਹੈ 350 ਰੁਪਏ ਪਰ ਪੀਸ ਇਹਦੇ ਵਿੱਚ ਮਿਹਨਤ ਜ਼ਿਆਦਾ ਲੱਗੀ ਭਾਈ ਓਕੇ ਹੋਰ ਦਿਖਾਓ ਭਾਈ ਤੁਹਾਨੂੰ ਦਿਖਾਉਂਦੇ ਆਪਾਂ 6 ਤਾਵੇ ਦੇ ਵਿੱਚ ਸਪੈਸ਼ਲੀ ਜਿਵੇਂ 4 ਤਾਵੇ ਅਸੀਂ ਤੁਹਾਡੇ ਐਸੇ ਕੰਟੈਂਟ ਪਹੁੰਚ ਕੇ ਰੱਖਿਆ ਸੀ ਅੱਛਾ ਉਦਾਂ ਹੀ ਸੇਮ 6 ਤਾਵੇ ਵਿੱਚ ਤੁਹਾਨੂੰ ਹੋਰ ਤੁਹਾਨੂੰ ਕੁਝ ਫਨੀ ਭਾਈ ਫਿਰ ਵੇਟ ਕੀ ਨਹੀਂ ਕਰਨ ਦੇ ਹੋ ਫਿਰ ਦਿਖਾਓ ਕੁਝ ਫਨੀ ਕੰਟੈਂਟ ਵੀ ਹਾਂ ਫਿਰ ਦਿਖਾਓ ਸਾਡੇ ਵੀਵਰਸ ਵੇਟ ਕਰ ਰਹੇ ਆ ਕਹਿੰਦੇ ਫਟਾਫਟ ਕੰਟੈਂਟ ਦਿਖਾਓ ਸਾਨੂੰ ਤੇ ਸਭ ਤੋਂ ਸਿੰਪਲ ਆ ਜਿਵੇਂ ਕਿ ਪਲੇਨ ਭਾਈ ਨੇ ਦਿਖਾਇਆ ਹਨਾ ਨਾ ਸਿੰਪਲ ਔਰ ਵਧੀਆ ਪਾਕਿਸਤਾਨੀ ਸ਼ਾਪ ਬਲੈਕ ਦੇ ਵਿੱਚ ਆ ਗਿਆ ਜੀ ਗਾਇਜ਼ ਗੁੱਡਾ 6 ਫੁੱਟ ਦਾ ਗੁੱਡਾ ਹੈ ਤੇ ਸਰੂਪ ਔਰ ਥੱਲੇ ਪਾਣੀ ਲੱਗੀ ਹੋਈ ਭਾਈ ਓਕੇ ਕੀ ਬਾਤ ਹੈ ਸਿੰਪਲ ਔਰ ਸੋਪਰ ਕੀ ਰੇਟ ਇਹਦਾ ਕੀ ਰੇਟ ਹੋਣ ਵਾਲਾ ਸਿੰਪਲ ਭਾਈ 250 ਰੁਪਏ ਪਰ ਪੀਸ ਹੈ ਸਿੰਪਲ ਦਾ ਗਾਇਜ਼ 250 ਰੁਪਿਆ ਪਰ ਪੀਸ ਤੇ ਗੁੱਡਾ ਲਾਜਵਾਬ ਹੈ ਗੁੱਡਾ ਬਹੁਤ ਸੋਹਣਾ ਲੋ ਜੀ ਗਾਇਜ਼ ਹੁਣ ਆ ਗਿਆ ਸਿੱਧੂ ਮੂਸੇ ਵਾਲਾ ਗੁੱਡਾ ਦੇਖੋ ਜੀ ਗਾਇਸ ਲੈਜੈਂਡ ਨੈਵਰ ਡਾਈ ਸਹੀ ਗੱਲ ਹੈ ਭਾਈ ਬਿਲਕੁਲ ਸਹੀ ਗੱਲ ਹੈ ਟ੍ਰੂ ਹੋਰ ਦਿਖਾਈਏ ਆਂਦੋ ਲੋ ਜੀ ਗਾਇਜ਼ ਲੋਹੜੀ ਆ ਗਈ ਜੇ ਸਾਰੇ ਮੇਰੇ ਵੀਰ ਭਰਾਵਾਂ ਨੂੰ ਹੈਪੀ ਲੋਹੜੀ 2024 ਕਿੰਨੇ ਦਾ ਭਾਈ ਆ ਗੁੱਡਾ 350 ਰੁਪਏ ਆ ਵੀ 350 ਕਿਆ ਬਾਤ ਹੈ ਬਹੁਤ ਸੋਹਣਾ ਭਾਈ ਇਹਨੂੰ ਭਾਈ ਬਾਹਰ ਲਾ ਕੇ ਰੱਖੋ ਇੱਕ ਸਭ ਤੋਂ ਸਪੈਸ਼ਲ ਯੂਨੀਕ ਆਈਟਮ ਤਾਂ ਅੱਗੇ ਲੈ ਕੇ ਆਏ ਅੱਛਾ ਆ ਕੀ ਲਿਖਿਆ ਭਾਜੀ ਭਾਜੀ ਪੇਮੈਂਟ ਪਾ ਦੋ ਬੱਲੇ ਪੇਮੈਂਟ ਪਾ ਦੋ ਭਾਈ ਜਿਹੜੇ ਪੈਸੇ ਨਹੀਂ ਨਾ ਦਿੰਦੇ ਹਨਾ ਤੁਸੀਂ ਫੋਟੋ ਕੋਣੀ ਪੇਮੈਂਟ ਤੁਹਾਨੂੰ ਆਪੇ ਆ ਜਾਣੀ ਜਿਹੜੇ ਧਾਰ ਲੈ ਕੇ ਜਾਂਦੇ ਨਾ ਉਹਨਾਂ ਵਾਸਤੇ ਭਾਜੀ ਪੇਮੈਂਟ ਪਾ ਦੋ ਠੀਕ ਹੈ ਭਾਈ ਤੁਹਾਡੇ ਕੋਲ ਕਿਸੇ ਨੇ ਧਾਰ ਲਿੱਤਾ ਧਾਰ ਦਿੱਤਾ ਭਾਜੀ ਦਿੱਤਾ ਨਾ ਆ ਉਹਨਾਂ ਵਾਸਤੇ ਭਾਈ ਪੇਮੈਂਟ ਪਾ ਦੋ ਹੋਰ ਉਧਰ ਦੇਖੋ ਗਾਇਜ਼ ਭਾਈ ਨੇ ਤੇ ਲਗਾ ਕੇ ਰੱਖੇ ਇਧਰ 6 ਫੁੱਟ ਦੇ ਗੁੱਡੇ ਇਧਰ ਵੀ ਹੈਗੇ ਜੀ ਹਾਲੇ ਕਿਸੇ ਨੂੰ ਨਾਂ ਵਾਲਾ ਗੁੱਡਾ ਚਾਹੀਦਾ ਭਾਈ ਨੇ ਭਈਆ ਇੰਸਟਾ ਦੀ ਆਈਡੀ ਵਾਲੇ ਗੁੱਡੇ ਕਿਸੇ ਡਿਮਾਂਡ ਤੇ ਕਸਟਮਰ ਡਿਮਾਂਡ ਦੇ ਬਣੇ ਅੱਛਾ ਆ ਪਲੇਨ ਦੇ ਉੱਤੇ ਪਾ ਲਗਾਣੀ ਆ ਭਜੀ ਤੇ ਸ਼ਿਕਾਰੀ ਲਿਖਿਆ ਹੋਇਆ ਦੇਖੋ ਜੀ ਗਾਇਸ ਓਕੇ ਹੋਰ ਭਾਜੀ ਹੋਰ ਬਹੁਤ ਡਿਜ਼ਾਈਨ ਅੱਛਾ ਛੋਟੇ ਵੀ ਆ ਗਏ ਓਕੇ ਭਾਈ ਨੇ 6 ਫੁੱਟ ਦੇ ਗੁੱਡੇ ਬਹੁਤ ਲਗਾਏ ਹੋਏ ਬਹੁਤ ਡਿਜ਼ਾਈਨ ਹੋਏ ਕੋ ਪਿੱਛੇ ਵੀ ਲੱਗੇ ਹੋਏ ਡਿਜ਼ਾਈਨਿੰਗ ਦੀ ਕੋਈ ਕਮੀ ਨਹੀਂ ਇੱਧਰ ਵੀ 6 ਫੁੱਟ ਇੱਧਰ ਵੀ 6 ਫੁੱਟ ਇੱਧਰ ਵੀ 6 ਫੁੱਟ ਦੇ ਗੁੱਡੇ ਅਨਲਿਮਿਟਿਡ ਹਾਂਜੀ ਗਾਇਜ਼ ਅੱਜ ਦਾ ਵਲੌਗ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਲੱਗਿਆ ਅਗਰ ਵਧੀਆ ਲੱਗਿਆ ਤਾਂ ਵੀਡੀਓ ਨੂੰ ਕਰੋ ਲਾਈਕ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਭਾਈ ਤੁਹਾਨੂੰ ਕਿੱਦਾਂ ਲੱਗਿਆ ਬਹੁਤ ਵਧੀਆ ਲੱਗਾ ਮੈਨੂੰ ਆਪਾਂ ਪਹਿਲਾਂ ਇੱਕ ਵਾਰ ਆਪਣਾ ਐਡਰੈਸ ਇੱਕ ਵਾਰ ਫਿਰ ਬੋਲ ਦਈਏ
ਭਾਈ ਸੁਲਤਾਨ ਰੋਡ ਦੇ ਅੰਦਰ ਸ਼ਹੀਦ ਊਧਮ ਸਿੰਘ ਨਗਰ ਬਾਜ਼ਾਰ ਨੰਬਰ 5 ਕੰਟੈਕਟ ਨੰਬਰ 9646837051 ਜੋ ਰੇਟ ਭਾਈ ਦੇ ਹੈਗੇ ਜੋ ਚੀਜ਼ਾਂ ਭਾਈ ਕੋ ਕੁਆਲਿਟੀ ਠੀਕ ਹੈ ਜੈਨ ਕੀ ਕਹਿੰਦੇ ਡਿਜ਼ਾਈਨਸ ਪਾਕਿਸਤਾਨੀ ਡਿਜ਼ਾਈਨਸ ਉਹ ਪੇਂਟ ਵਾਲੀ ਥੋੜ੍ਹੀ ਗੁੱਡੀ ਦਿਖਾਈ ਥੋੜ੍ਹੀ ਡਿਜ਼ਾਈਨਰ ਠੀਕ ਹੈ ਉਹ ਤੁਹਾਨੂੰ ਕਿਤੇ ਹੋਰ ਨਹੀਂ ਮਿਲਣਗੀਆਂ ਜੋ ਰੇਟ 'ਤੇ ਦਿੰਦੇ ਪਏ ਨੇ 6 ਫੁੱਟ ਦਾ ਗੁੱਡਾ ਦਿੰਦੇ ਪਏ ਬਹੁਤ ਹੀ ਘੱਟ ਰੇਟ 'ਤੇ ਠੀਕ ਹੈ ਭਾਈ ਕੋ ਵਿਜ਼ਿਟ ਕਰੋ ਥੱਲੇ ਕੰਟੈਕਟ ਨੰਬਰ ਵੀ ਮੈਨਸ਼ਨ ਹੋਇਆ ਠੀਕ ਹੈ ਅਤੇ ਐਡਰੈਸ ਵੀ ਮੈਨਸ਼ਨ ਹੋਇਆ ਭਾਈ ਕੋ ਵੱਧ ਤੋਂ ਵੱਧ ਵਿਜ਼ਿਟ ਕਰੋ ਅਤੇ ਆਪਾਂ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੋਗ 'ਚ ਟਿਲ ਦੈਨ ਟੇਕ ਕੇਅਰ ਬਾਏ ਬਾਏ